ਬੱਚੇ ਦੀ ਕਿਸ ਤਰ੍ਹਾਂ ਹੋਣੀ? ਬੱਚੇ ਨੇ ਉੱਥੇ ਚੰਗਾ ਭਲਾ ਨੌ ਬੱਚਾ ਸੀ, ਪਾਣੀ ਪੀਤਾ ਬੱਚੇ ਨੇ ਟੂਟੀ ਦੀ, ਤੇ ਪਾਣੀ ਪੀ ਕੇ ਬੱਚੇ ਦੀ ਸਵਾਸ ਨਿਕਲ ਗਿਆ। ਨਹੀਂ ਤਾਂ ਬੱਚਾ ਚੰਗਾ ਭਲਾ ਸੀ, ਨਹੀਂ ਤਾਂ ਅੱਗੇ ਵੀ ਤਾਂ ਪਾਣੀ ਪੀਂਦੇ ਸੀ। ਇਹਨਾਂ ਨੇ ਕਿਸੇ ਨੇ ਸਾਡੀ ਗੌਰ ਹੀ ਨਹੀਂ ਕੀਤੀ, ਗਰੀਬਾਂ ਦੀ ਇੱਧਰ ਕੋਈ ਆਇਆ ਹੀ ਨਹੀਂ। ਜੇ ਕੋਈ ਆਉਂਦਾ ਤਾਂ ਬੱਚੇ ਕਿੱਦਾਂ ਮਰਦਾ? ਜੇ ਇੱਧਰ ਮੇਰੇ ਕੋਲ ਕੋਈ ਇਹ ਪਾਣੀ ਨੂੰ ਹੋ ਹੀ ਗਿਆ, 3-4 ਦਿਨ ਹੋ ਗਿਆ ਲਗਾਤਾਰ ਆਉਂਦੇ ਨੂੰ। ਮੈਂ ਬੱਚੇ ਦਾ ਮਾਮਾ ਲੱਗਣਾ ਵਾ, ਫਾਦਰ ਸਾਹਿਬ ਆਵੇ ਬੈਠੇ ਸੀ। ਕਿੰਨੇ ਸਾਲ ਦਾ ਬੱਚਾ ਸੀ? 2 ਸਾਲ ਦਾ ਬੱਚਾ ਸੀ। ਜਿੱਦਾਂ 3-4 ਦਿਨ ਪਾਣੀ ਗੰਦਾ ਆ ਰਿਹਾ, ਕਿ ਪ੍ਰਸ਼ਾਸਨ ਵੱਲੋਂ ਕੋਈ ਆ ਕੇ ਮਾਰਾ ਕਹਿ ਕੇ ਆਏ? ਕਿਸੇ ਨੇ ਨਹੀਂ ਸਾਡੀ ਗਰੀਬਾਂ ਦੀ ਸੁਣੀ, ਸਾਡੇ ਤੈਨੂੰ ਪਤਾ ਸਾਡੀ ਗਰੀਬਾਂ ਦੀ ਕਿਹਨਾਂ ਨੇ ਸੁਣੀ? ਇੱਥੇ ਵੱਡੇ ਵੱਡੇ ਨਹੀਂ ਸੁਣਦੇ ਤੇ ਗਰੀਬਾਂ ਦੀ ਕਿਹਨੇ ਸੁਣੀ? ਕੀ ਮੰਗ ਕਰਦੇ ਹੋ ਤੁਸੀਂ? ਹੁਣ ਸਾਡੀ ਮੰਗ ਇਹੀ ਹੈ, ਗਰੀਬਾਂ ਦੀ ਤੈਨੂੰ ਪਤਾ, ਜੋ ਵੀ ਹੈਗਾ ਸਾਡਾ ਬੱਚਾ ਤੈਨੂੰ ਪਤਾ, ਨਾਮ ਪਰਨਾਮ ਬੱਚਾ ਸਾਡਾ ਚੰਗਾ ਭਲਾ ਬੱਚਾ ਗਿਆ ਆਵੇ ਸਰਕਾਰ ਤੋਂ। ਹਾਂ, ਕਿਹੜੇ ਮਹੱਲੇ ਤੋਂ ਆਏ ਹੋ? ਸੁੰਦਰ ਨਗਰ ਤੋਂ। ਕੀ ਪ੍ਰੋਬਲਮ ਆ ਰਹੀ ਹੈ ਤੁਹਾਡੇ ਬੇਟੇ ਨੂੰ? ਉਲਟਾ ਟੌਟਾ ਜ਼ਿਆਦਾ ਲੱਗ ਰਿਹਾ ਜੀ। ਮੇਰੀ ਇੱਕ ਨੌਂ ਵੀ ਦਾਖਲ ਹੋਈ ਤੇ ਹਸਪੀਟਲ ਤੇ ਮੇਰਾ ਬੇਟਾ ਵੀ ਦਾਖਲ ਹੋਇਆ। ਬਹੁਤ ਜ਼ਿਆਦਾ ਪਾਣੀ ਆ, ਮੂੰਹ ਟੌਟਾ ਆਉਂਦਾ ਵਾ। ਬੇਸਿਕ ਪ੍ਰੋਬਲਮ ਕੀ ਆ ਰਹੀ ਹੈ ਤੁਹਾਡੇ ਉੱਥੇ? ਪਤਾ ਨਹੀਂ ਸਰ, ਜੈ ਪਾਣੀ ਚ ਆ ਕਹਿੰਦੇ ਪ੍ਰੋਬਲਮ। ਪਾਣੀ ਕਿਹੜਾ ਪੀਂਦੇ ਤੁਸੀਂ? ਟੋਡੀਆਂ ਵਾਲਾ? ਹਾਂਜੀ। ਤੁਸੀਂ ਆਪਣੇ ਐਮਸੀ ਨਾਲ ਗੱਲ ਕੀਤੀ? ਗੱਲ ਵੀ ਆ ਪ੍ਰੋਬਲਮ ਆ ਰਹੀ ਹੈ। ਅਸੀਂ ਤਾਂ ਇੱਥੇ ਹਸਪੀਟਲ ਦਾਖਲ ਵਾ, ਕੱਲ ਕਹਿੰਦੇ ਹੋਈ ਕਰ ਦਿੱਤੇ ਐਮਸੀ ਨਾਲ। ਤੁਹਾਡੇ ਕੋਲ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਕੀ ਕੋਈ ਪਾਣੀ ਦੀ ਵੀ ਸਮੱਸਿਆ ਹੈਗੀ? ਕੀ ਸਮੱਸਿਆ? ਪਾਣੀ ਸਰ ਸਹੀ ਨਹੀਂ ਆ ਰਿਹਾ ਜੀ, ਪਾਣੀ ਚ ਗੰਦੀ ਜੀ ਬਹੁਤ ਸਮੈਲ ਹੁੰਦੀ ਹੈ। ਓਕੇ, ਹਾਂਜੀ। ਕੀ ਨਾਮ ਤੁਹਾਡਾ? ਮੈਂ ਕਿਹੜਾ ਮਹੱਲਾ ਤੁਹਾਡਾ? ਸੁੰਦਰ ਨਗਰ। ਕੀ ਪ੍ਰੋਬਲਮ ਆਈ ਤੁਹਾਨੂੰ? ਮੇਰੀ ਬੇਟੀ ਨੂੰ ਨਾ ਜਿੱਦਾਂ ਕੀ ਪੋਟੀਆਂ ਲੱਗੀਆਂ ਸੀ ਤੇ ਅਸੀਂ ਐਮਰਜੈਂਸੀ 'ਚ ਉੱਥੇ ਦਾਖਲ ਕਰਾਉਣ ਗਏ, ਤੇ ਉਹਨਾਂ ਨੇ ਇੱਦਾਂ ਬੈਡ 'ਤੇ ਪਾਤਾ, ਅਤੇ ਬਾਅਦ 'ਚੋਂ ਜਿੱਦਾਂ ਗੁਰੂ ਗੋਸ਼ ਲਾਉਣ ਤੋਂ ਬਾਅਦ ਉਹਨੂੰ ਕਹਿੰਦੇ ਇੱਦਾਂ ਹੀ ਤੋਰ ਕੇ ਲੈ ਕੇ ਜਾਓ, ਕਿ ਉਹਦੇ ਕੋਲ ਤਰਿਆ ਨਹੀਂ ਜਾਂਦਾ। ਮੈਂ ਇਕੱਲੀ ਸੀ ਇਹਦੇ ਨਾਲ। ਠੀਕ ਹੈ। ਅਤੇ ਬੜੀ ਮੁਸ਼ਕਲ ਪੋਟੀਆਂ ਉਲਟੀਆਂ, ਪਾਣੀ ਚੱਲਿਆ ਨਹੀਂ ਸੀ ਜਾਂਦਾ, ਵੀਕ ਬਹੁਤ ਹੋ ਗਈ ਹੈ। ਪਾਣੀ ਕਿਹੜਾ ਯੂਜ਼ ਕਰਦੇ ਆ? ਪਾਣੀ ਸਾਡੇ ਉਹ ਘਰ ਟੂਟੀਆਂ ਦਾ ਪਾਣੀ। ਕਿੰਨਾ ਟਾਈਮ ਅਗਰ ਖਰਾਬ ਹੁੰਦੇ ਪਾਣੀ? ਵੈਸੇ ਤਾਂ ਉਹਨਾਂ ਨੇ, ਮੰਮੀ ਨੇ ਫੋਨ ਕੀਤਾ ਸੀ ਤੇ ਕਹਿੰਦੇ ਸੀ ਪਾਣੀ ਮਤਲਬ ਕਿ ਚੈੱਕ ਕਰਨ ਘੱਲਿਆ ਹੋਇਆ ਵਾ, ਫਿਰ ਪਾਣੀ ਬੰਦ ਕਰ ਦਿੱਤਾ, ਹੁਣ ਪਾਣੀ ਬੰਦ ਹੋ ਗਿਆ ਵਾ। ਤਾਂ ਸਾਡੇ ਘਰੇ ਜਿੱਦਾਂ ਹੁਣ ਬੱਚਿਆਂ ਦੇ ਮਹੱਲੇ ਦੇ ਕਿੰਨੇ ਕੁ ਲੋਕੀ ਬਿਮਾਰ ਆ? ਕਾਫੀ ਲੋਕ ਆ ਗਏ ਸਾਡੇ ਮਹੱਲੇ ਤੋਂ, ਸਾਡੇ ਨਾਲ ਗਵਾਂਢ ਦੇ ਘਰੇ ਆ, ਤੇ ਨਾ ਹੋਰ ਵੀ 4-5 ਘਰ। ਕਿੰਨੇ ਕੁ ਹੋਗੇ ਲੋਕੀ? ਕਮ ਸੇ ਕਮ 10-15 ਲੋਕ ਤਾਂ ਹੈਗੇ ਆ। ਇਲਾਜ ਦਾ ਲੱਗ ਰਿਹਾ ਚੱਲ ਰਿਹਾ ਇੱਥੇ ਵੀ? ਸਰ ਰਾਤ ਦੀ ਇੱਕ ਬੋਤਲ ਲੱਗੀ ਮੇਰੀ ਕੁੜੀ ਨੂੰ, ਉਸ ਤੋਂ ਬਾਅਦ ਹੁਣ ਲਾਈ ਆ। ਮਹੱਲੇ 'ਚ ਕੋਈ ਗਏ ਤੁਹਾਡੇ ਮਹਿਕਮੇ? ਇੱਕ ਬੋਤਲ ਲੱਗੀ ਰਾਤ ਦੀ, ਉਹ ਦੂਜੀ ਹੁਣ ਲੱਗੀ ਆ। ਮਹੱਲੇ 'ਚ ਮਹਿਕਮੇ ਵਾਲੇ ਕੁਛ ਨਹੀਂ ਕੀਤਾ? ਮਹੱਲੇ 'ਚ ਗਏ ਕੋਈ ਸਿਹਤ ਮਹਿਕਮੇ ਵਾਲੇ ਤੁਹਾਡੇ? ਨਹੀਂ ਕੋਈ, ਸਾਡੇ ਨਹੀਂ ਕੋਈ ਦੂਜਾ ਪਾਣੀ ਦਾ ਸਮੱਸਿਆ ਜੀ, ਪਾਣੀ ਬੰਦ ਕਰ ਦਿੱਤਾ। ਇਹ 5-4 ਦਿਨ ਹੋ ਗਏ, ਤੇ 3-5-4 ਦਿਨਾਂ ਦੇ ਵਿੱਚ ਬਿਮਾਰ। ਕਿੰਨਾ ਕੇ ਜਾਣੇ ਜਿਹੜੇ ਆ ਬਿਮਾਰ ਹੋਏ ਆ?
ਵਾਵਾ ਕਾਫੀ ਜਾਣੇ ਆ ਜੀ, ਗਿਣਤੀ ਚ ਹੀ ਨਹੀਂ ਆ, ਕਾਫੀ ਜਾਣੇ ਬਿਮਾਰ। ਪਾਣੀ ਪੀਣ ਦਾ ਮੌਤਾਂ ਵੀ ਹੋਈਆਂ ਜੀ? ਹਾਂਜੀ, ਦੋ ਮੌਤਾਂ ਹੋ ਗਈਆਂ। ਕਿਹਦੀ ਕਿਹਦੀ ਮੌਤ ਹੋਈ ਹੈ? ਇੱਕ ਰੂਪਾ ਵਾ, ਇੱਕ ਇਧਰੋਂ ਹੱਟੀ ਵਾਲੇ ਦਾ ਪਿਓ ਮਰ ਗਿਆ, ਦੁਕਾਨ ਵਾਲੇ ਦਾ ਗੱਪੂ ਦਾ। ਕੋਈ ਬੱਚੇ ਦੀ ਵੀ ਮੌਤ ਹੋਈ? ਨਹੀਂ, ਬੱਚੇ ਦੀ ਨਹੀਂ। ਬੱਚੇ ਹੁਣੀ ਥੋੜੀ ਦੇਰ ਪਹਿਲਾਂ ਹੀ ਹੋ ਗਿਆ ਤੇ ਮੰਨ ਲਓ ਹੁਣ ਤਾਂ ਕਿੰਨੀਆਂ ਮੌਤਾਂ ਹੋ ਚੁੱਕੀਆਂ? ਤਿੰਨ ਮੌਤਾਂ ਹੋ ਗਈਆਂ। ਕੀ ਹੁਣ ਪ੍ਰਸ਼ਾਸਨ ਕੀ ਮੰਗ ਕਰਦੇ ਆ? ਹੁਣ ਇਹੋ ਮੰਗ ਕਰਦੇ ਆ ਕਿ ਤੇ ਕੂੜੇ ਦਾ ਸਮੱਸਿਆ ਹੋ ਜਾਵੇ ਸਾਡੀ, ਤੇ ਇੱਕ ਪਾਣੀ ਦੀ ਹੋ ਜਾਵੇ। ਤੇ ਇੱਥੇ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਕਾਰਪੋਰੇਸ਼ਨ? ਕੋਈ ਨਹੀਂ ਪਹੁੰਚਿਆ ਜੀ, ਕੋਈ ਨਹੀਂ ਪਹੁੰਚਿਆ। ਇਹਨਾਂ ਨੇ ਮੱਲਾ ਹੀ ਇਹੋ ਲੱਭਾ ਜੀ ਇੱਥੇ ਕੂੜਾ ਸੁੱਟਣ, ਸਾਰੀ ਸਮੱਸਿਆ ਇਹਨਾਂ ਦੀ ਆ ਜੀ। ਮੇਰਾ ਨਾਮ ਨਰਵੈਲ ਸਿੰਘ ਹੈ। ਮੱਲਾ ਸੁੰਦਰ ਨਗਰ ਪਿੰਡਾਂ ਮਸੀਤ ਵਾਲਾ। ਇਹ ਕੀ ਗੱਲ ਹੋਈ ਤੁਸੀਂ ਅੱਜ ਇੱਥੇ ਰੋਡ ਜਾਮ ਕਰਤਾ? ਇਹ ਰੋਡ ਇਸ ਕਰਕੇ ਜਾਮ ਕੀਤਾ ਕਿ ਅੱਜ ਤੋਂ 3 ਦਿਨ ਹੋ ਗਿਆ ਪਹਿਲਾਂ। ਇੱਕ ਨਾ ਪਾਣੀ ਜਿਹੜਾ ਆਉਂਦਾ ਘਰ ਦਾ ਪੀਣ ਵਾਲਾ, ਇੰਨਾ ਗੰਦਾ ਪਾਣੀ ਆਇਆ ਕਿ ਉਹਦੇ ਨਾਲ ਜਿਹੜੀ ਪਬਲਿਕ ਦੇ ਬਹੁਤ ਜ਼ਿਆਦਾ ਬੱਚੇ, ਬਜ਼ੁਰਗ, ਨੌਜਵਾਨ ਇਸ ਟਾਈਮ ਵੀ ਹੋਸਪਿਟਲ ਦੇ ਵਿੱਚ ਦਾਖਲ ਕੀਤੇ ਹੋਏ, ਟੱਟੀਆਂ ਅਤੇ ਉਲਟੀਆਂ ਲੱਗੀਆਂ ਹੋਈਆਂ। ਔਰ ਅਸੀਂ ਇਹਨਾਂ ਨੂੰ ਇਹ ਗੱਲ ਦੇ ਬਾਰੇ ਕਿਹਾ ਵੀ ਇਹ ਭਾਈ ਪਾਣੀ ਇਸੇ ਮੁਹੱਲੇ ਦੇ ਵਿੱਚ ਹੀ ਕਿਉਂ ਗੰਦਾ ਆਇਆ, ਵੀ ਬਾਕੀ ਪਾਣੀ ਸਾਫ ਆ। ਇਹ ਕੱਲ੍ਹ ਪਰਸੋਂ ਦਾ ਜਦੋਂ ਅਸੀਂ ਦੱਸਿਆ ਉਹਦਾ ਪਾਣੀ ਦਾ, ਕਹਿੰਦੇ ਸੈਂਪਲ ਲੈ ਗਏ, ਇਹਨਾਂ ਨੇ ਪੰਪ ਬੰਦ ਕਰਤਾ, ਪਾਣੀ ਬੰਦ ਕਰਤਾ ਮੁਹੱਲੇ ਦਾ। ਹੁਣ ਬੰਦੇ ਉੱਦਾਂ ਤਾਂ ਮਰਨੀ ਮਰਨੀ ਆ, ਅਤੇ ਉਹ ਜਿਹੜਾ ਨਹਾਉਣ ਧੋਣ ਪਾਣੀ ਕੱਪੜੇ ਧੋਣ ਦੁੱਖੋਂ ਨਹਾਉਣ ਦੁੱਖੋਂ ਮਰੀ ਜਾਣ ਡੇ ਆ। ਆਖਰ ਪਾਣੀ ਕੋਈ ਕਿਸੇ ਪਾਸੋਂ ਸਪਲਾਈ ਤੇ ਚਾਹੀਦੀ ਆ ਨਾ। ਮੌਤ ਹੋਈ ਆ, ਬੱਚਾ ਹੁਣੇ ਇੱਕ ਮਰਿਆ ਜਿਹਾ। ਹਾਂਜੀ, ਇੱਕ ਆਹ ਮਾਤਾ ਮਰ ਗਈ ਲਾਗੇ, ਹਾਲੇ 10 ਜਾਣੇ 15-20 ਜਾਣੇ ਹੋਸਪਿਟਲ ਦਾਖਲ ਕੀਤੇ। ਕਾਰਨ ਕੀ ਹੈ ਜੀ? ਪਾਣੀ ਗੰਦਾ ਆ ਰਿਹਾ, ਗੰਦਾ ਪਾਣੀ ਆ ਰਿਹਾ ਵਾ। ਇਹ ਇੱਕ ਕੂੜਾ ਕਾੜਾ ਜਿਹੜਾ ਜੋ ਵੀ ਸ਼ਹਿਰ ਦੇ ਵਿੱਚ ਥਾਂ ਥਾਂ ਉਦਾਂ ਹੀ ਪਿਆ ਵਾ, ਕਿਉਂਕਿ ਇਹਨਾਂ ਦੀ ਇਹ ਲਾਪਰਵਾਹੀ ਕਮੇਟੀ ਵਾਲਿਆਂ ਦੀ ਜੀ, ਕੁਛ ਸਾਡੇ ਲੀਡਰਾਂ ਦੀ। ਇਹ ਪੰਜਾਬ ਸਰਕਾਰ ਨੇ ਇਹੋ ਜਿਹੇ ਹਾਲਾਤ ਕਰ ਦਿੱਤੇ ਆ ਕਿ ਜਿੰਨੇ ਗਰੀਬ ਮੱਲੇ, ਗਰੀਬ ਪਬਲਿਕ ਆ, ਇਹਨਾਂ ਨੂੰ ਮਾਰਨ ਨੂੰ ਤੱਕੀ ਹੋਈ ਆ। ਇਹ ਜਿਹੜੇ ਹਾਲਾਤ ਬਹੁਤ ਮਾੜੇ ਹੋਈ ਆ ਇਸ ਮੱਲੇ ਦੀ। ਕਿੰਨੇ ਜਾਣੇ ਦੀ ਮੌਤਾਂ ਹੋਈਆਂ ਇਸ ਮੁਹੱਲੇ ਦੀ? ਇਸ ਮੁਹੱਲੇ ਦੇ ਵਿੱਚ ਜੀ ਇੱਕ ਤਾਂ ਮਾਈ ਇੱਥੇ ਗੁਜ਼ਰ ਗਈ ਆ, ਇੱਕ ਮੁੰਡਾ ਸਵੇਰੇ ਮਰ ਗਿਆ, ਛੋਟੇ ਛੋਟੇ ਬੱਚੇ ਤੇ ਜਾਣੀ ਕਿ ਵੀ ਇੱਥੋਂ ਢਿੱਡੀ ਦਰਦ ਪੈਂਦਾ, ਟੱਟੀਆਂ 'ਚ ਪਾਣੀ ਆਈ ਜਾਂਦਾ ਵਾ। ਅਸੀਂ ਇਹਨਾਂ ਨੂੰ ਬੜਾ ਕਮੇਟੀ ਵਾਲਿਆਂ ਨੂੰ ਕਿਹਾ, ਸਾਰਿਆਂ ਨੂੰ ਕਿਹਾ, ਇਹਨਾਂ ਨੇ ਕੱਲ੍ਹ ਦਾ ਪਾਣੀ ਬੰਦ ਕਰਤਾ ਵਾ, ਸਾਨੂੰ ਕੋਈ ਹੋਰ ਸਪਲਾਈ ਜਾਂ ਕਿਸ ਤਰ੍ਹਾਂ ਦਾ ਨਾਉਣਾ। ਹਾਂ, ਸਾਡੇ ਟੈਂਕਰ ਆਇਆ ਵਾ ਪਾਣੀ ਦਾ, ਪਰ ਪਾਣੀ ਹੁਣ ਇੱਡਾ ਮਤਲਬ ਇੱਕ ਟੈਂਕਰ ਨਾਲ ਕਿੱਥੇ ਸਰਦਾ। ਹੁਣ ਕੀ ਮੰਗ ਕਰਦੇ ਆ? ਮੰਗ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਸਪਲਾਈ ਆ ਪਾਣੀ ਨੂੰ ਸਹੀ ਕਰਕੇ ਇਹ ਸਪਲਾਈ ਦੇਣ, ਬੰਦੇ ਨਹਾਉਣੇ ਆ, ਪਰ ਜਿਹੜਾ ਖਪੀ ਕੇ ਤੇ ਮਰਨੇ ਮਰਨ ਵਾ, ਅਸੀਂ ਤਾਂ ਨਹਾਉਣ ਦੁੱਖੋਂ ਬੁਰੀ ਹਾਲਤ ਹੋਈ ਪਈ ਆ ਬੱਚਿਆਂ ਦੇ। ਐਮਸੀ ਦਾ ਇੱਥੇ ਦਾ ਰਕੇਸ਼ ਕੁਮਾਰ ਆ ਜੀ। ਮੇਰਾ ਨਾਮ ਜੀ ਸਿੰਧਾ। ਕਿਹੜਾ ਮੁਹੱਲਾ ਜੀ ਇਹ? ਇਹ ਸੁੰਦਰ ਨਗਰ ਆ ਜੀ। ਇਹ ਕਿੰਨੀ ਕੁ ਦੇਰ ਹੋ ਗਈ ਹੈ ਪਾਣੀ ਜਿਹੜਾ ਗੰਦਾ ਆ ਰਿਹਾ ਜੀ? ਕਿੰਨੀ ਦੇਰ ਦੀ ਸਮੱਸਿਆ ਚੱਲਦੀ ਹੈ ਇਹ? ਇਹ ਜੀ ਮਤਲਬ ਵਿੱਚੋਂ ਵਿੱਚ 8-10 ਦਿਨ ਹੋ ਗਏ ਆ, ਪਰ ਮੰਨ ਲਓ ਕੱਲ੍ਹ ਪਰਸੋਂ ਦਾ ਬਹੁਤ ਜ਼ਿਆਦਾ ਹੋ ਗਿਆ ਜੀ। ਵਿੱਚੋਂ ਦਾਖਲ ਨੇ ਕਿਸੇ ਨੂੰ ਜਲੰਧਰ ਲੈ ਗਏ, ਕਿਸੇ ਨੂੰ ਕਿਤੇ ਲੈ ਗਏ, ਠੀਕ ਹੈ ਜੀ। ਚਲੋ ਪਾਣੀ ਦੀ ਸਮੱਸਿਆ ਹੋ ਗਈ ਆ, ਚਲੋ ਮੰਨਦੇ ਹਾਂ, ਪਰ ਸਾਡਾ ਹੋਸਪਿਟਲ ਦਾ ਸਟਾਫ ਵੀ ਸਾਥ ਨਹੀਂ ਦੇ ਰਿਹਾ। ਉਹ ਇਹੀ ਕਹਿ ਰਿਹਾ ਕਿ ਲੈ ਜਾਓ ਜੀ, ਇੱਥੋਂ ਰੈਫਰ ਕਰ ਦਿਓ ਜੀ, ਰੈਫਰ ਕਰ ਦਿਓ। ਹੁਣ ਸਰ ਦੇਖੋ, ਇੱਥੇ ਸਾਰੇ ਦਿਹਾੜੀ ਮਜ਼ਦੂਰੀ ਵਾਲੇ ਬੰਦੇ ਆ, ਕਿਸੇ ਕੋਲ ਨਹੀਂ ਪ੍ਰਾਈਵੇਟ ਦੀ ਗੁਜ਼ਾਰਿਸ਼, ਅਸੀਂ ਜਾਈਏ ਕਿੱਥੇ? ਵਿੱਚੋਂ ਇੱਕ ਮਾਤਾ ਇਹੋ ਜਿਹੇ ਆ, ਉਹਨਾਂ ਨੂੰ ਇੱਥੇ ਕੌਸ਼ਲ ਡਾਕਟਰ ਦੇ ਕੀਤਾ ਸੀਗਾ, ਉੱਥੋਂ ਜਵਾਬ ਮਿਲ ਗਿਆ
ਸੁਭਾਨਪੁਰ ਲੈ ਗਏ। ਪਾਣੀ ਪੀਣਾ ਇੱਕੋ ਹੀ ਪ੍ਰੋਬਲਮ ਆ ਜੀ, ਟੱਟੀਆਂ ਉਲਟੀਆਂ। ਤੇ ਕਿੰਨੇ ਕੁ ਜਾਣੇ ਇਸ ਮੁਹੱਲੇ ਦੇ ਬਿਮਾਰ ਹੋਏ ਆ? 15 ਜਾਣੇ ਤਾਂ ਦਾਖਲ ਆਈ, ਬਾਕੀ ਕੋਈ ਜਿੱਦਾਂ ਜਿਹਦੇ ਕੋਲ ਗੁਜਾਇਸ਼ ਹੈਗੀ ਉਹ ਪ੍ਰਾਈਵੇਟ ਵੀ ਲੈ ਗਿਆ, ਜਿਹਦੇ ਕੋਲ ਨਹੀਂ ਹੈਗੀ ਉਹ ਕੋਈ ਘਰੇ ਨਹੀਂ ਹੋਈ। ਹੁਣ ਤੱਕ ਮੌਤਾਂ ਹੀ ਤਿੰਨ ਹੋਈਆਂ। ਮਾਤਾ ਰਹਿੰਦੀ ਆ ਉਹ, ਇੱਕ ਆਪਣੇ ਇੱਥੇ ਦੁਕਾਨ ਕਰਦਾ ਵਾ ਮੁੰਡਾ, ਉਹਦੇ ਡੈਡੀ ਆ, ਤੇ ਇੱਕ ਪਿਛਲੇ ਮਹੱਲੇ ਬੱਚਾ ਜੀ। ਸੁੰਦਰ ਨਗਰ ਬੱਕਰਖਾਨਾ ਆ, ਜਿੰਨਾ ਕੁ ਏਰੀਆ ਕੂੜੇ ਦੇ ਲਾਗੇ ਪੈ ਗਿਆ ਉੱਥੇ ਉੱਥੇ ਪ੍ਰੋਬਲਮ। ਹੁਣ ਮੰਗ ਕੀ ਕਰਦੇ ਹੋ? ਮੰਗ ਕਰਦੇ ਆ ਇਹਨੂੰ ਪਾਣੀ ਨੂੰ ਸਾਫ਼ ਕੀਤਾ ਜਾਵੇ, ਤੇ ਬਾਕੀ ਇਹ ਆ ਜੀ, ਜਿੱਦਾਂ ਹੁਣ ਮੰਨ ਲਓ ਪਰਿਵਾਰ ਆ, ਮੰਨ ਲਓ ਮੈਂ ਆ, ਸਾਡੇ ਪਰਿਵਾਰ 'ਚ ਮੈਂ ਵੀ ਬਿਮਾਰ ਤੇ ਨਹੀਂ ਸੀ ਬਿਮਾਰ, ਉਹਦੇ ਲਈ ਆਪਾਂ ਨੂੰ ਜਿਹੜੇ ਬੰਦੇ ਨੂੰ ਹੁਣ ਮੰਨ ਲਓ ਕੋਈ ਦਸਤੀ ਪ੍ਰੋਬਲਮ, ਉਹਨੂੰ ਪਾਣੀ ਦੀ ਤਾਂ ਲੋੜ ਹੈ ਜੀ। ਇੱਥੇ ਕੋਈ ਪਹੁੰਚਿਆ ਨਹੀਂ ਟ੍ਰਾਂਸਮਿਸ਼ਨ ਦਾ ਨੁਮਾਇੰਦਾ ਜਾਂ ਤੁਹਾਡੇ ਮੁਹੱਲੇ ਦਾ ਐਮਸੀ? ਕੋਈ ਨਹੀਂ ਜੀ, ਹਾਲੇ ਤੱਕ ਦਾ ਕੋਈ ਨਹੀਂ। ਐਮਸੀ ਕੌਣ ਇਸ ਮੁਹੱਲੇ ਦਾ? ਇੱਥੋਂ ਦੇ ਰਕੇਸ਼ ਕੁਮਾਰ ਜੀ। ਰਕੇਸ਼ ਕੁਮਾਰ, ਹਾਂਜੀ ਹਾਂ। ਸਾਰੇ ਇਲਾਕੇ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਜਿਹੜੀ ਆਲੇ ਦੁਆਲੇ ਆਪਣਾ ਸਫਾਈ ਰੱਖਣ ਔਰ ਫਿਲਟਰ ਕਰਕੇ ਪਾਣੀ ਪੀਣੀ, ਉਬਾਲ ਕੇ ਪਾਣੀ ਪੀਣ, ਔਰ ਅਗਰ ਕੋਈ ਡਾਇਰੀਆ ਦੀ ਪ੍ਰੋਬਲਮ ਆਉਂਦੀ ਜਾਂ ਟੱਟੀਆਂ ਉਲਟੀਆਂ ਦੀ ਪ੍ਰੋਬਲਮ ਆਉਂਦੀ ਹੈਗੀ ਹੈ ਤਾਂ ਪਲੀਜ਼ 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 ਆਪਣੇ ਆਪ ਦਵਾਈ ਨਾ ਕਰਨ। ਹੋਸਪਿਟਲ 24 ਘੰਟੇ 'ਚ ਖੁੱਲ੍ਹਾ ਹੈ ਔਰ ਉੱਥੇ ਸਾਰੀਆਂ ਸੇਵਾਵਾਂ ਔਰ ਦਵਾਈਆਂ ਉਪਲਬਧ ਨੇ। ਆ ਕੇ ਸਾਡੀ ਇਹ ਐਨਾਲਿਸਿਸ ਹੈਗਾ ਔਰ ਸਾਨੂੰ ਇਹ ਦੇਖਣ 'ਚ ਆਇਆ ਹੈਗਾ ਕਿ ਲੋਕ ਪਹਿਲੇ ਤਾਂ ਆਪਣੇ ਆਪ ਟ੍ਰੀਟਮੈਂਟ ਕਰ ਰਹੇ, ਆਲੇ ਦੁਆਲੇ ਤੋਂ ਦਵਾਈ ਲੈ ਕੇ, ਇੱਕ ਡੋਜ਼ ਲੈ ਕੇ, ਦੋ ਡੋਜ਼ ਲੈ ਕੇ ਇਹ ਇਹਨੂੰ ਠੀਕ ਕਰਨ ਦੀ ਲੋਕ ਕਰ ਰਹੇ ਕੋਸ਼ਿਸ਼, ਜਿਹੜਾ ਕਿ ਬਾਅਦ ਤੋਂ ਵਿੱਚ ਹਾਦਸੇ 'ਚ ਤਬਦੀਲ ਹੋਣ ਦੀ ਸਾਨੂੰ ਖਤਰਾ ਰਹਿੰਦਾ। ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਣੇ ਆਪ ਦਵਾਈ ਨਾ ਕਰਨ, ਪ੍ਰੋਪਰ ਡਾਕਟਰ ਨੂੰ ਦਿਖਾ ਕੇ ਟ੍ਰੀਟਮੈਂਟ ਕਰਨ ਤਾਂ ਜੋ ਇਸ ਬਿਮਾਰੀ ਤੋਂ ਜਿਹੜੀ ਕਿ ਅਵੋਇਡੇਬਲ ਹੈਗੀ ਹੈ ਹੋਰ ਆਸਾਨੀ ਨਾਲ ਬਚਿਆ ਜਾ ਸਕੇ। ਬੱਕਰਖਾਨੇ ਵਾਲਾ ਏਰੀਆ ਜੀ ਔਰ ਸੁੰਦਰ ਨਗਰ ਦਾ ਏਰੀਆ ਜਿੱਥੇ ਸਾਡੇ ਕੋਲ ਪੇਸ਼ੈਂਟਸ ਕਾਫੀ ਆ ਰਹੇ ਆ ਡਾਇਰੀਆ ਦੇ ਨਾਲ, ਔਰ ਉੱਥੋਂ 2-3 ਦਿਨਾਂ ਤੋਂ ਸਾਡੇ ਕੋਲ ਕੋਈ 25 ਦੇ ਕਰੀਬ ਪੇਸ਼ੈਂਟ ਆ ਚੁੱਕੇ ਹੋਏ ਆ, ਔਰ ਚੰਗੀ ਗੱਲ ਇਹ ਹੈ ਕਿ ਸਾਰੇ ਠੀਕ ਹੈਗੇ, ਔਰ ਇਹ 'ਚ ਸਿਰਫ ਦੇਖਣ ਵਾਲੀ ਗੱਲ ਇਹ ਹੈ ਕਿ ਸਾਰਿਆਂ ਨੂੰ ਇਹ ਹਦਾਇਤ ਹੈ ਉਸ ਏਰੀਏ ਦੇ ਪੇਸ਼ੈਂਟਸ ਨੂੰ ਜਾਂ ਲੋਕਾਂ ਨੂੰ ਕਿ ਉਹ ਪਾਣੀ ਉਬਾਲ ਕੇ ਜਾਂ ਕਲੋਰੀਨ ਪਾ ਕੇ ਯੂਜ਼ ਕਰਨ, ਔਰ ਜਦ ਤੱਕ ਉੱਥੇ ਸਪਲਾਈ ਵਗੈਰਾ ਦਰੁਸਤ ਨਹੀਂ ਹੋ ਜਾਂਦੀ ਇਹ ਸਾਰੇ ਮਈਅਰਸ ਲੈਣ। ਦੇਖੋ ਜੀ, ਇੰਨਾ ਉੱਥੇ ਗੰਦਗੀ ਹੈਗੀ ਹੈ, ਫੈਲੀ ਹੋਈ ਹੈ, ਪਲੱਸ ਉੱਥੇ ਕਿਤੇ ਵਾਟਰ ਦੀ ਕੰਟੈਮੀਨੇਸ਼ਨ ਲੱਗਦੀ ਹੈ। ਅਸੀਂ ਵਾਟਰ ਦੇ ਸੈਂਪਲ ਲਿੱਤੇ ਹੈਗੇ ਉਸ ਏਰੀਏ 'ਚ, ਜਦੋਂ ਉਹਦੀ ਰਿਪੋਰਟ ਆ ਜਾਏਗੀ ਫਿਰ ਸਾਨੂੰ ਐਗਜੈਕਟ ਕਾਰਨ ਪਤਾ ਲੱਗ ਜਾਏਗਾ ਕੀ ਹੋਇਆ ਕੀ ਹੈਗਾ, ਪਰ ਐਟ ਪ੍ਰੈਜੈਂਟ ਜੋ ਸਾਨੂੰ ਕਲੀਨਿਕਲੀ ਲੱਗਦਾ ਪਿਆ ਜਾਂ ਪਹਿਲੇ ਪੱਧਰ 'ਤੇ ਲੱਗਦਾ ਪਿਆ ਕਿਤੇ ਨਾ ਕਿਤੇ ਗੰਦ ਇਕੱਠਾ ਹੋਣ ਕਰਕੇ ਜਾਂ ਪ੍ਰੋਪਰ ਕਿਤੇ ਸੀਵਰੇਜ ਦੇ ਵਿੱਚ ਵੀ ਪਾਣੀ ਸਭ ਜਾ ਰਿਹਾ ਹੈਗਾ ਵਾਟਰ ਲਾਈਨ 'ਚ, ਉਹ ਦਿੱਕਤ ਦੇ ਰਿਹਾ। ਸਰ ਕੁਛ ਹਵਾਵਾਂ ਵੀ ਆ ਰਹੀਆਂ ਕਿ ਕੋਈ ਕੈਜੁਅਲਟੀ ਹੋਈ ਹੈ? ਕੈਜੁਅਲਟੀ ਜੀ ਅੱਜ ਤੋਂ ਨਹੀਂ, ਕੈਜੁਅਲਟੀ ਇਹਦੇ ਨਾਲ ਐਜ ਇਟ ਇਜ਼ ਤਾਂ ਕੁਛ ਨਹੀਂ ਹੋਈ। ਠੀਕ ਹੈ ਜੀ। ਇੱਕ ਮੌਤ ਦੀ ਖਬਰ ਹੈ ਜਿਹੜੀ ਕਿ ਡਾਇਰੀਆ ਦੇ ਨਾਲ ਕਿੰਨੇ ਹੋਈ ਜੀ? ਉਹ ਮੌਤ ਹੋਈ ਸੀ 23 ਤਰੀਕ ਨੂੰ, ਉਹ ਇੱਕ ਸਿੰਗਲ ਕੇਸ ਸੀਗਾ, ਔਰ ਇਹ ਪੇਸ਼ੈਂਟ ਸਾਡੇ ਕੋਲ ਆਏ ਹੈ ਪਰਸੋਂ ਰਾਤੀ, ਪਰਸੋਂ ਰਾਤ ਤੋਂ ਸਾਡੇ ਕੋਲ ਪੇਸ਼ੈਂਟ ਆਉਣੇ ਸ਼ੁਰੂ ਹੋਏ ਆ ਔਰ ਯਕਦਮ ਜ਼ਿਆਦਾ ਆਏ ਆ, ਔਰ ਇਹ ਸਮਝ ਲਓ 50 ਪੇਸ਼ੈਂਟਸ OPD ਦੇ ਵਿੱਚ ਸਾਡੇ ਕੋਲ ਆਏ ਆ ਵਿਦ ਦਿਸ ਡਾਇਰੀਆ, ਔਰ ਉਹਦੇ ਵਿੱਚੋਂ ਜਿਹੜੇ 18 ਕੁ ਪੇਸ਼ੈਂਟ ਸਾਡੇ ਕੋਲ ਇਸ ਵੇਲੇ ਦਾਖਲ ਹੈ, ਔਰ ਬਾਕੀ ਪੇਸ਼ੈਂਟ ਨੂੰ ਸਰ ਅਸੀਂ OPD ਬੇਸਿਸ 'ਤੇ ਹੀ ਦਵਾਈ ਦੇ ਰਹੇ ਹਾਂ ਔਰ ਉਹ ਸਾਰੇ ਠੀਕ ਚੱਲ ਰਹੇ, ਔਰ ਸਾਡੀ ਟੀਮ ਉੱਥੇ ਲੱਗੀ ਹੋਈ ਹੈ ਔਰ ਮੋਬਾਈਲ ਟੀਮ ਵੀ ਹੈਗੀ ਹੈ, ਔਰ ਮੋਰਨਿੰਗ ਔਰ ਈਵਨਿੰਗ 'ਚ ਉੱਥੇ ਡਿਸਪੈਂਸਰੀ 'ਚ ਜਿਹੜੀ ਰਾਇਕਾ ਮੱਲਾ ਹੈਗੀ ਹੈ ਉੱਥੇ ਡਾਕਟਰ ਔਰ ਫਾਰਮੇਸਿਸ ਔਰ ਸਾਰੇ ਉੱਥੇ ਹੈਗੇ ਹੈ, ਦਵਾਈ ਅਵੇਲੇਬਲ ਹੈ, ਹਾਊਸ ਟੂ ਹਾਊਸ ਸਰਵੇ ਹੋ ਚੁੱਕਾ ਹੋਇਆ
ਔਰ ਉਹਦੇ ਵਿੱਚ ਓ ਆਰ ਐੱਸ ਦੇ ਪੈਕਟਸ ਜਿਹੜੇ ਹੈਗੇ ਆ ਉਹ ਡਿਸਟ੍ਰੀਬਿਊਟ ਕੀਤੇ ਜਾ ਚੁੱਕੇ ਆ। ਅਪਰੋਕਸੀਮੇਟਲੀ 33 ਪੇਸ਼ੈਂਟ ਸਾਨੂੰ ਕੱਲ੍ਹ ਹਾਊਸ ਟੂ ਹਾਊਸ ਸਰਚ ਦੇ ਵਿੱਚ ਮਿਲੇ ਸੀਗੇ, ਜਿਨ੍ਹਾਂ 'ਚੋਂ 4 ਸੀਗੇ ਥੋੜ੍ਹੀ ਜਿਹੀ ਉਹਨਾਂ ਨੂੰ ਤਕਲੀਫ ਜ਼ਿਆਦਾ ਸੀ, ਉਹਨਾਂ 'ਚੋਂ 3 ਇੱਥੇ ਸ਼ਿਫਟ ਹੋ ਗਏ ਹੋਏ ਆ ਔਰ 1 ਪੇਸ਼ੈਂਟ ਐੱਨ ਐੱਚ ਐੱਸ 'ਚ ਹੈਗਾ। ਨਹੀਂ ਬੱਚੇ ਨਹੀਂ ਆਏ, ਜ਼ਿਆਦਾ ਬੱਚੇ ਨਹੀਂ ਆਏ, ਸਭ ਅਡਲਟ ਹੀ ਹੈ। ਸੁੰਦਰ ਨਗਰ ਏਰੀਆ ਜਿਹੜਾ ਹੈਗਾ ਉੱਥੇ ਜ਼ਿਆਦਾ ਇਫੈਕਟਡ ਹੈਗੇ ਆ, ਬੱਕਰਖਾਨੇ ਵਾਲਾ ਏਰੀਆ ਉੱਥੇ ਜ਼ਿਆਦਾ ਹੈਗੇ ਆ, ਬਾਕੀ ਛੁੱਟ ਪੁੱਟ ਜਿਹੜੇ ਕੇਸਿਸ ਹੋਰ ਏਰੀਆ 'ਚੋਂ ਹੈਗੇ ਆ ਉਹ 1-1, 2-2 ਆ ਰਹੇ। ਮੁੱਢਲਾ ਕਾਰਨ ਕੀ ਹੁੰਦਾ ਬਿਮਾਰੀ ਫੈਲਣ? ਦੇਖੋ ਜੀ, ਬਰਸਾਤਾਂ ਦਾ ਮੌਸਮ ਹੈ ਔਰ ਪਾਣੀ ਇਕੱਠਾ ਹੋਣ ਕਰਕੇ ਕਿਤੇ ਨਾ ਕਿਤੇ ਵਾਟਰ ਲਾਈਨ ਦੇ ਵਿੱਚ ਕੰਟੈਮੀਨੇਸ਼ਨ ਹੁੰਦੀ ਹੈ, ਉਹਦੇ ਕਰਕੇ ਸਾਨੂੰ ਜ਼ਿਆਦਾਤਰ ਲੱਗਦਾ ਇੱਦਾਂ ਹੋ ਰਿਹਾ। ਸਾਰੇ ਨੂੰ ਇਹੀ ਹਦਾਇਤ ਹੈ ਕਿ ਵੀ ਫਿਲਟਰ ਕਰਕੇ ਪਾਣੀ ਪੀਣ, ਕਲੋਰੀਨ ਪਾ ਕੇ ਯੂਜ਼ ਕਰ ਸਕਦੇ ਆ ਔਰ ਜਾਂ ਬੋਇਲ ਕਰਕੇ ਬੈਸਟ ਹੈਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਸਪੋਰਟ ਹੈ ਜੀ, ਉੱਥੇ ਸਾਰੇ ਆਪਣਾ ਆਈਆਂ ਹੋਈਆਂ ਟੀਮਾਂ ਆਈਆਂ ਹੋਈਆਂ ਔਰ ਉਹ ਆਪਣੀ ਨਿਗਰਾਨੀ ਸਾਰਾ ਕੰਮ ਕਰਵਾ ਰਹੇ। ਕੂੜੇ ਦੀ ਜਿਹੜੀ ਪਿਛਲੇ ਦਿਨ ਇੱਥੇ ਐਜੂਟੇਸ਼ਨ ਹੋਇਆ ਉਹਦਾ ਵੀ ਨਾਲ? ਹਾਂਜੀ, ਗੰਦਗੀ ਇਕੱਠੀ ਹੋਣਾ ਇੱਕ ਫੈਕਟਰ ਤਾਂ ਬਹੁਤ ਹੈਗਾ ਹੀ ਹੈ ਜੀ, ਔਰ ਉਹਦੇ ਵਿੱਚ ਉੱਪਰੋਂ ਬਰਸਾਤ ਹੋਣਾ ਔਰ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਕੋਈ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰ ਹੀ ਰਹੀ ਹੈ। ਜੰਗੀ ਪੱਧਰ ਤੇ ਸਾਰਾ ਕੂੜਾ ਵਗੈਰਾ ਚੱਕਿਆ ਜਾ ਰਿਹਾ ਔਰ ਕੱਲ ਡੀਸੀ ਸਾਹਿਬ ਨੇ ਜਿਹੜੀ ਮੀਟਿੰਗ ਕੀਤੀ ਉਹ ਚ ਉਹਨਾਂ ਨੂੰ ਇਹ ਸਾਰਿਆਂ ਨੂੰ ਇਹ ਹਦਾਇਤ ਦਿੱਤੀ ਕਿ ਸਫਾਈ ਦਾ ਖਿਆਲ ਧਿਆਨ ਰੱਖਿਆ ਜਾਏ। ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।